ਸੋ ਹੇ ਗਾਇਸ ਵੈਲਕਮ ਬੈਕ ਟੂ ਇਕਲੋ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਹੈ ਮੇਰੇ ਚੈਨਲ ਤੇ ਅਸਲਾਮ ਵਾਲੇਕੁਮ ਰਾਮ ਰਾਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਅੱਜ ਦੇ ਵਲੋਗ ਦੇ ਵਿੱਚ ਮਤਲਬ ਮੈਂ ਕਾਲਜ ਚੱਲੀ ਹਾਂ ਦੋਸਤਾਂ ਨੇ ਬੁਲਾਇਆ ਵਾ ਉਹਨਾਂ ਨਾਲ ਮਿਲਾਂਗੇ ਖੱਪ ਪਾਵਾਂਗੇ ਤੁਸੀਂ ਵਲੋਗ ਦੇਖਿਓ ਐਂਡ ਤੱਕ ਅਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਓਕੇ ਸਟੇ ਟਿਊਨ ਆਰਤੀ ਕੀਤੀ ਸੀ ਪਰ ਇਹਨਾਂ ਨੇ ਬਸ ਆਪ ਤਿਲਕ ਲਾ ਲਿਆ ਮੈਨੂੰ ਪੁੱਛਿਆ ਹੀ ਨਹੀਂ ਇਹਨਾਂ ਨੇ ਆਹ ਦੇਖਿਓ ਨਾ ਇਹਨਾਂ ਨੇ ਕਰੇ ਤਿਲਕ ਲਗਾ ਰਹੇ ਮੁਕਾਬਲਾ ਤੇ ਉਹ ਨਾ ਦੇਖੋ ਦੇਖਣਾ ਗਾਇਸ ਆਪਾਂ ਹੁਣ ਥੋੜਾ ਅੰਦਰ ਝਾਤੀ ਮਾਰ ਕੇ ਆਪੇ ਮਾਰ ਕੇ ਫਿਰ ਤੁਹਾਨੂੰ ਅੰਦਰ ਮਿਲਦੇ ਆ ਬੂਆ ਦਾ ਮੋੜੇ ਦਾ ਵਿਆਹ ਹੈ ਤੇ ਕੰਮ ਜਾ ਰਿਹਾ ਕਿਹੜੇ ਮੁੰਡੇ ਦਾ ਨਹੀਂ ਸਰਦਿਆ ਸੇ ਮੋਟੀਆਂ ਮੋਟੀਆਂ ਹੋ ਗਈਆਂ ਤੇ ਆ ਤੁਸੀਂ ਕੀ ਕਰਦੇ ਹੋ ਕੈਮਰਾ ਤੇ ਆਉਂ ਤੁਸੀਂ ਗਾਇਸ ਆਪਾਂ ਵਲੌਗ ਬਣਾਣਾ ਪਰ ਸਾਨੂੰ ਸਮਝ ਨਹੀਂ ਆਂਦੀ ਵਲੌਗ ਕੀ ਬਣਾਣਾ ਹੈ ਕਿਉਂਕਿ ਵਲੌਗ ਬਣਾਉਣ ਵਾਸਤੇ ਕੁਝ ਲੱਭਣ ਗਿਆ ਅਸੀਂ ਬੋਲ ਨਹੀਂ ਸਕਦੇ ਵਾਰ ਵਾਰ ਅਸੀਂ ਆਪਸ 'ਚ ਗੱਲ ਕਰ ਸਕਦੇ ਹਾਂ ਤੁਹਾਡੇ ਵਾਰੀ ਥੋੜ੍ਹਾ ਜਿਹਾ ਹੱਥ ਤੰਗ ਗਿਆ ਹੋ ਜਾਂਦਾ ਨਹੀਂ ਬੋਲੀ ਜਾਣਾ ਉਹ ਕਿੰਨੇ ਸਿੰਸੀਅਰ ਬੱਚੇ ਹੋ ਕੇ ਖੜੇ ਆ ਪੁੱਤਰ ਇੰਨੇ ਸਿੰਸੀਅਰ ਹੈ ਇੰਨੇ ਸਿੰਸੀਅਰ ਤਾਂ ਤੇ ਹੈ ਨਹੀਂ ਪਤਾ ਲੱਗਣਾ ਚਾਹੀਦਾ ਬਾਕੀ ਅੱਜ ਮੈਂ ਸ਼ਰੀਫ ਹੀ ਲੱਗਦੀ ਕਿਹੜਾ ਸਕੂਲ ਆਇਆ ਜੀ ਸੰਤ ਕਬੀਰ ਪਬਲਿਕ ਸਕੂਲ ਸੰਤ ਕਬੀਰ ਨਹੀਂ ਇਹ ਹੁਣ ਆਉਂਦੇ ਪਏ ਆ ਤੇ ਕਿਤੇ ਕਿੰਨੇ ਵਜੇ ਦਾ ਉਹ ਖਤਮ ਹੋਏਗਾ ਗੇਮ ਲੋਕ ਸਾਡੀ ਆਵਾਜ਼ ਘੱਟ ਹੀ ਆਉਂਦੀ ਹੁੰਦੀ ਅੱਜ ਤੋਂ ਮਾਈਕ ਨਾ ਲੈ ਕੇ ਵਾ ਅੱਜ ਕੀ ਨਿਊਜ਼ ਹੈ ਕਿ ਅੱਜ ਇਹ ਹੋ ਗਿਆ ਹੈ ਖੁਸ਼ਖਬਰੀ ਨਹੀਂ ਦਿੱਤੀ ਖੁਸ਼ਖਬਰੀ ਨਹੀਂ ਹੈ ਤੁਸੀਂ ਫੋਨ ਆਉਂ ਫੜਨ ਦੇ ਬੇਟਾ ਆਉਂ ਫੜੋ ਆਉਂ ਪਿੱਛੇ ਬਸ ਮੈਨੂੰ ਚੇਤਾ ਆ ਗਿਆ ਨਾ ਠੀਕ ਹੈ ਇੱਦਾਂ ਕਰਕੇ ਵਲੌਗ ਬਣਾਉਣਾ ਤੇ ਗਾਇਸ ਖੁਸ਼ਖਬਰੀ ਨਹੀਂ ਆ ਉਹ ਪਤਾ ਕੀ ਹੋਇਆ ਜੀ ਸਾਡੇ ਨਾ ਕਾਲਜ 'ਚ ਇੱਕ ਲੜਕੀ ਸੀ ਇੱਕ ਹੀ ਲੜਕੀ ਉਹ ਪਤਾ ਨਹੀਂ ਉਸਦਾ ਨਾਮ ਵੀ ਨਹੀਂ ਪਤਾ ਮੈਡਮ ਸਾਨੂੰ ਪਤਾ ਕਿੰਨਾ ਜ਼ਲੀਲ ਕਰਦੀ ਆ ਫਿਰ ਸਾਨੂੰ ਸੀਟਾਂ ਫਿਰ ਸੀਟਾਂ ਭਰਨੀਆਂ ਮੈਨੂੰ ਕਿਤੇ ਮੈਡਮ ਲੱਗੇ ਜਾਣਾ ਬੜਾ ਤੂੰ ਬੱਚੀ ਰਿਜ਼ਲਟ ਵੀ ਗਾਣੇ ਵਾਲਾ ਹੀ ਆਉਣਾ ਵਾ ਉਹ ਕਿਹੜਾ ਯਾਰ ਚੇਤਾ ਨਹੀਂ ਆ ਗਿਆ ਉਹ ਸਾਰੀ ਪਾਰਟੀ ਤੋਂ ਉੱਦਾਂ ਇੱਦਾਂ ਚਲੇ ਗਈ ਜਿੱਦਾਂ ਕਰੰਟ ਪਾ ਦਿੱਤਾ
ਯਾਰ ਆਪਣੀ ਪਰਸਨਲ ਦਿਮਾਗ ਹੈ ਨਹੀਂ ਆ ਮੇਰੀ ਗੱਲ ਸੁਣੋ ਪਹਿਲੇ ਮੈਂ ਇਹਨਾਂ ਦਾ ਕਹਿਣਾ ਮੰਨਿਆ ਕਹਿੰਦੇ ਪਿੱਛੋਂ ਨੀ ਆਪਾਂ ਜਾਂਦੇ ਅੱਗੋਂ ਜਾਂਦੇ ਆ ਮੈਂ ਕਹਿੰਦਾ ਠੀਕ ਆ ਅੱਗੋਂ ਇਹਨਾਂ ਨੇ ਮੈਨੂੰ ਕਿਹਾ ਪਿੱਛੇ ਜਾਂਦੇ ਆ ਕਿਉਂ ਪਿੱਛੋਂ ਨਹੀਂ ਗਏ ਕਿਉਂ ਜਾਂਦੇ ਇੱਕ ਤਾਂ ਆਪਣੀ ਸਿਆਣੀ ਹੈ ਪਿੱਛੇ ਇਹ ਸਾਫ ਨਹੀਂ ਪਤਾ ਕੀ ਕਹਿੰਦੇ ਪਿੱਛੇ ਮਿੱਟੀ ਹੈ ਮੈਂ ਕਿਹਾ ਠੀਕ ਆ ਅੱਗੋਂ ਜਾਂਦੇ ਨੇ ਫਿਰ ਉਹਦੇ ਮਾਮਾ ਨੂੰ ਵੀ ਗਈ ਅਮਨ ਕਹਿੰਦੀ ਨਹੀਂ ਕਹਿੰਦੇ ਉਹਨੂੰ ਅੱਗੋਂ ਪਾਸ ਮਿਲੀ ਜਾ ਠੀਕ ਆ ਮੈਂ ਪਾਸ ਕਹਿੰਦੀ ਅਮਨ ਦੇ ਸ਼ਿਵਾਲੀ ਅੱਗੇ ਹੋਣੇ ਮੈਂ ਕਿਹਾ ਠੀਕ ਆ ਫਿਰ ਉਧਰ ਤੇ ਨੀ ਬੱਸ ਲਾਗੇ ਕਹਿੰਦੇ ਸਾਡੀ ਬੱਸ ਤੁਸੀਂ ਗੱਲ ਨੀ ਸਮਝੇ ਇਹ ਕਹਿੰਦੇ ਬੱਸ ਲਾਗੇ ਹੋਣੀ ਆ ਉਧਰ ਹੋਣੀ ਮੈਂ ਜਾਣ ਠੀਕ ਆ ਫਿਰ ਆਪਾਂ ਕਿਹੜੇ ਬੱਸ ਸਟੈਂਡ ਆਉਂਦੇ ਦੋ ਕੁੜੀਆਂ ਐ ਕਰਕੇ ਮੈਂ ਤੁਸੀਂ ਵੀ ਇੱਦਾਂ ਪੇਪਰ ਤੇ ਲਾਗੇ ਉੱਡ ਕੇ ਆਇਆ ਗੱਲ ਸੋਹਣੀ ਲੋ ਇਹਦੀ ਚੜ੍ਹਨਾ
ਮੰਮੀ ਕਹਿੰਦੇ ਤੁਸੀਂ ਮਰਨਾ ਆ ਦੇਖ ਕੇ ਜਾਇਆ ਕਰੋ ਲੋ ਗਾਇਸ ਇੱਥੇ ਹੁੰਦਾ ਵਲੌਗ ਦਾ ਐਂਡ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿ ਵਲੌਗ ਤੁਹਾਨੂੰ ਕਿੱਦਾਂ ਲੱਗਿਆ ਓਕੇ ਅੱਲਾ ਹਾਫਿਜ਼ ਬਾਏ ਬਾਏ